ਬਠਿੰਡਾ ਦੇ ਥਾਣਾ ਸਿਵਲਣ ਵਿਖੇ ਪਹੁੰਚੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਅਤੇ ਨਵੇਂ ਕਾਨੂੰਨਾਂ ਸੰਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ। ਸੋਮਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਥਾਣਾ ਸਿਵਲਣ ਵਿਖੇ ਪਹੁੰਚੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਅਤੇ ਉੱਥੇ ਕੁਝ ਲੋਕ ਬੁਲਾ ਕੇ ਉਹਨਾਂ ਵੱਲੋਂ ਨਵੇਂ ਕਾਨੂੰਨਾਂ ਸੰਬੰਧੀ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਥਾਣਾ ਸਿਵਲਣ ਵਿਖੇ ਨਵੇਂ ਕਾਨੂੰਨਾਂ ਦੇ ਕੁਝ ਪੋਸਟਰ ਵੀ ਇੱਥੇ ਲਗਾਏ ਗਏ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਸਿਵਲਣ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ, ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਸਿਟੀ 2 ਮੌਕੇ 'ਤੇ ਆਏ ਹੋਏ ਹਨ ਅਤੇ ਲੋਕਾਂ ਨੂੰ ਨਵੇਂ ਕਾਨੂੰਨਾਂ ਸੰਬੰਧੀ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਉੱਥੇ ਨਵੇਂ ਕਾਨੂੰਨਾਂ ਦੇ ਪੋਸਟਰ ਵੀ ਇੱਥੇ ਲਗਾਏ ਗਏ। ਸਰ ਕਿਸ ਤਰ੍ਹਾਂ ਅਵੇਅਰ ਕੀਤਾ ਗਿਆ ਲੋਕਾਂ ਨੂੰ ਨਵੇਂ ਕਾਨੂੰਨ ਬਾਰੇ? ਸਾਡੇ ਮਾਨਯੋਗ ਬੀਜੇਪੀ ਪੰਜਾਬ ਵੱਲੋਂ ਸਾਨੂੰ ਇੰਸਟਰਕਸ਼ਨਸ ਆਏ ਸੀਗੇ ਕਿ ਲੋਕਾਂ ਨੂੰ ਜਿਹੜਾ ਅੱਜ 1 ਜੁਲਾਈ ਤੋਂ ਨਵੇਂ 3 ਕਾਨੂੰਨ ਆਪਣੇ ਲਾਗੂ ਹੋ ਰਹੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਵੇ। ਤਾਂ ਇਹਦੇ ਲਈ ਕਈ ਦਿਨਾਂ ਤੋਂ ਸਾਡੀ ਟ੍ਰੇਨਿੰਗ ਚੱਲ ਰਹੀ ਹੈ, ਅਸੀਂ ਆਪ ਵੀ ਟ੍ਰੇਨਿੰਗ ਲੈ ਕੇ ਆਏ ਹਾਂ, ਸਾਡੇ ਕਾਂਸਟੇਬਲ ਤੋਂ ਲੈ ਕੇ ਹਰੇਕ ਰੈਂਕ ਦੇ ਮੁਲਾਜ਼ਮ ਦੀ ਸਾਡੀ ਆਪਣੀ ਵੀ ਟ੍ਰੇਨਿੰਗਾਂ ਹੋਈਆਂ ਨੇ ਜਿਹਦੇ ਵਿੱਚ PPA ਫਿਲੌਰ ਦੇ ਵਿੱਚ ਜਾ ਕੇ ਅਸੀਂ ਟ੍ਰੇਨਿੰਗ ਕੀਤੀ ਹੈ, ਕਾਫੀ ਦੀ ਟ੍ਰੇਨਿੰਗ ਆਨਲਾਈਨ ਕਰਾਈ ਗਈ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਕੋਲ ਮਟੀਰੀਅਲ ਜਿਹੜਾ ਹੈਗਾ ਆਪਣੇ ਸਟੇਟ ਦਾ ਮਟੀਰੀਅਲ ਅਸੀਂ ਪੜਿਆ, ਉਸ ਤੋਂ ਇਲਾਵਾ ਜਿਹੜੇ ਬਾਕੀ ਸਟੇਟਾਂ ਦੇ ਵਿੱਚ ਵੀ ਕੁਝ ਅੱਛਾ ਹੋ ਰਿਹਾ, ਨੈਸ਼ਨਲ ਜਿਹੜੇ ਪੋਰਟਲਸ ਹੈਗੇ, ਕੇਂਦਰ ਸਰਕਾਰ ਨੇ ਵੀ ਕਈ ਅੱਛੇ ਪੋਰਟਲ ਬਣਾਏ ਆ ਜਿਨ੍ਹਾਂ ਦੇ ਵਿੱਚ ਕਾਫੀ ਜਾਣਕਾਰੀ ਹੈਗੀ ਹੈ। ਤੇ ਪਹਿਲਾਂ ਤਾਂ ਅਸੀਂ ਇਹ ਕੀਤਾ ਕਿ ਸਾਡੇ ਹੈੱਡਕੁਆਰਟਰ ਵੱਲੋਂ, DGP ਸਾਹਿਬ ਵੱਲੋਂ, PPA ਫਿਲੌਰ ਦੇ ਡਾਇਰੈਕਟਰ ਵੱਲੋਂ ਸਾਰਿਆਂ ਨੂੰ ਟ੍ਰੇਨ ਕਰਾਇਆ ਗਿਆ। ਉਸ ਤੋਂ ਬਾਅਦ ਹੁਣ ਅੱਜ ਤੋਂ ਜਦੋਂ ਇਹ ਕਾਨੂੰਨ ਲਾਗੂ ਹੋਣੇ ਹੈ ਤੇ ਫਿਰ ਅਸੀਂ ਜਿਹੜੀ ਆਪਣੀ ਜਾਣਕਾਰੀ ਅਸੀਂ ਹਾਸਿਲ ਕੀਤੀ ਹੈ, ਇਕੱਠੀ ਕੀਤੀ ਹੈ, ਉਹ ਲੋਕਾਂ ਨਾਲ ਵੀ ਸਾਂਝੀ ਕਰਾਂਗੇ ਤਾਂ ਕਿ ਜਿਹੜੇ ਨਵੇਂ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈਗੇ, ਜਿਹੜੇ ਕਿ ਪੀਪਲ ਫਰੈਂਡਲੀ ਪ੍ਰਾਵਧਾਨ ਹੈਗੇ, ਉਹਦੇ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ, ਆਪਣੇ ਅਧਿਕਾਰ ਦੀ ਵਰਤੋਂ ਕਿੱਦਾਂ ਕਰਨੀ ਹੈ ਇਹਨਾਂ ਨੂੰ ਜਾਣਕਾਰੀ ਅਸੀਂ ਦੇਵਾਂ। ਦੇਖੋ ਧਾਰਾਵਾਂ ਇੰਪੋਰਟੈਂਟ ਨਹੀਂ ਹੈ ਕਿ ਧਾਰਾਵਾਂ ਤਾਂ ਸੰਖਿਆ ਕਦੇ ਇੰਪੋਰਟੈਂਟ ਨਹੀਂ ਹੁੰਦੀ, ਜਿਹੜੀ ਇਹਦੀ ਇੰਟੈਂਸ਼ਨ ਹੈਗੀ ਹੈ ਉਹ ਇੰਟੈਂਸ਼ਨ ਇਹ ਹੈਗੀ ਕਿ ਜਿਹੜਾ ਕੰਪਲੇਂਟ ਡਿਸਪੋਜ਼ਲ ਹੈ, FIR ਡਿਸਪੋਜ਼ਲ ਹੈ, ਉਹ ਟਾਈਮਲੀ ਹੋ ਜਾਏ। ਜਿਹੜੀ ਇਹ ਕੋਈ ਵੀ ਇਨਵੈਸਟੀਗੇਸ਼ਨ ਹੁੰਦੀ ਉਹਦੇ ਦੌਰਾਨ ਜਦੋਂ ਆਪਾਂ ਸਟੇਟਮੈਂਟ ਲੈ ਰਹੇ ਹਾਂ, ਕੋਈ ਰਿਕਵਰੀ ਕਰ ਰਹੇ ਹਾਂ, ਉਹਦੀ ਰਿਕਾਰਡਿੰਗ ਹੋ ਜਾਏ, ਸਾਰਾ ਜਿਹੜਾ ਕਾਫੀ ਸਾਰਾ ਕੰਮ ਜਿਹੜਾ ਹੈਗਾ ਉਹ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਕਰਨ ਦਾ ਇਹਦੇ ਵਿੱਚ ਹੈਗਾ, ਤਾਂ ਕਿ ਜਿਹੜੀ ਆਪਣੀ ਪੁਲਿਸਿੰਗ ਹੈ ਉਹਨੂੰ ਪੁਰਾਣੇ ਲਾਜ਼ ਹੈਗੇ, ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਸੀਗੇ, ਇਹਨਾਂ ਨੂੰ ਮਾਡਰਨ ਜ਼ਮਾਨੇ ਦੀ ਉਮੀਦਾਂ ਦੇ ਹਿਸਾਬ ਨਾਲ ਚੇਂਜ ਕਰਕੇ ਆਪਾਂ ਪੁਲਿਸ ਨੂੰ ਵੀ ਮਾਡਰਨ ਕਰੀਏ ਤੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਹੈਗੀ ਉਹਨੂੰ ਵੀ ਮੀਟ ਕਰੀਏ। EFIR ਦੇ ਵਿੱਚ ਕੋਈ ਵੀ ਵਿਅਕਤੀ ਜੋ ਹੈ ਉਹ ਆਪਣੇ ਆਨਲਾਈਨ ਰਜਿਸਟਰ ਕਰ ਸਕਦਾ ਹੈ ਕੰਪਲੇਂਟ, ਉਸ ਤੋਂ ਬਾਅਦ 3 ਦਿਨ ਦੇ ਅੰਦਰ ਅੰਦਰ ਉਹਨੂੰ ਸਾਈਨ ਕਰਨੇ ਹੁੰਦੇ, ਜਦੋਂ ਸਿਗਨੇਚਰ ਕਰ ਦਿੰਦਾ ਤੇ ਫਿਰ ਉਹ ਜਿਹੜਾ ਕੋਗਨੀਜੇਬਲ ਅਫੈਂਸ ਦੇ ਵਿੱਚ FIR ਦਾ ਪ੍ਰੋਸੀਜਰ ਹੈ ਉਸੇ ਤਰੀਕੇ ਨਾਲ ਚੱਲਦਾ। ਹਾਂਜੀ, ਲੇਡੀਜ਼ ਲਈ ਜਿਹੜੇ ਹੈਗੇ ਸਪੈਸ਼ਲ ਪ੍ਰੋਵੀਜ਼ਨ ਲਾਏ ਗਏ ਹੈ, ਉਹਦੇ ਵਿੱਚ ਜਦੋਂ ਉਹਨਾਂ ਦੀ ਪੁਲਿਸ ਦੇ ਜਿਹੜੇ ਬਿਆਨ ਹੋਣੇ ਪੁਲਿਸ ਦੇ ਸਾਹਮਣੇ, ਉਸ ਤੋਂ ਲੈ ਕੇ ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਵੀ ਉਹਨਾਂ ਦੀ ਕਾਰਵਾਈ ਹੋਣੀ ਹੈ, ਲੀਗਲ ਜਿਹੜਾ ਆ ਕੇ ਕੋਰਟ ਦੇ ਵਿੱਚ ਚੱਲਣਾ, ਉਹ ਕਾਫੀ ਵੁਮਨ ਫਰੈਂਡਲੀ ਕਰ ਦਿੱਤਾ। ਸਰ, ਵੱਡੀ ਚੇਂਜਿੰਗ ਤੁਹਾਨੂੰ ਕੀ ਲੱਗਦੀ ਹੈ ਪੁਰਾਣੇ ਐਕਟ ਦੀ ਗੱਲ ਕਰੀਏ ਜਾਂ ਉਹਨਾਂ ਦੀ ਕਰੀਏ, ਵੱਡੀ ਚੇਂਜ ਜਿਹੜੀ ਸਮੇਂ ਦੀ ਲੋੜ ਸੀ ਜਿਹੜੀ ਹੁਣ ਚੇਂਜ ਹੋਈ ਹੈ? ਵੱਡੀ, ਦੇਖੋ ਮੈਂ ਤਾਂ ਸਮਝਦਾ ਕਿ ਜਿਹੜੇ ਆਪਣੇ ਪੀਪਲ ਫਰੈਂਡਲੀ ਜੋ ਵੀ ਚੀਜ਼ਾਂ ਆਈ ਹੈ, ਲੋਕਾਂ ਨੂੰ ਜਿਹੜੀ ਸਹੂਲਤ ਮਿਲਦੀ ਹੈ ਕਿ ਕੋਈ ਬੰਦਾ ਕੋਈ ਵਿਅਕਤੀ ਬਹਿ ਕੇ ਆਨਲਾਈਨ ਆਪਣੀ FIR ਦਰਜ ਕਰਾ ਸਕਦਾ, ਭੇਜ ਸਕਦਾ, ਬਾਅਦ 'ਚ ਉਹਨੂੰ ਸਾਈਨ ਕਰ ਸਕਦਾ, ਵੁਮਨ ਫਰੈਂਡਲੀ ਬਣਾਇਆ ਗਿਆ। ਉਸ ਤੋਂ ਬਾਅਦ ਕੁਝ ਅਫੈਂਸਿਸ ਦੇ ਵਿੱਚ ਜਿਹੜਾ ਹੈਗਾ ਇਹ ਕਿਹਾ ਗਿਆ ਕਿ ਅਰੈਸਟ ਜਿਹੜੀ ਹੈਗੀ ਹੈ ਉਹ DSP ਨੂੰ ਪੁੱਛ ਕੇ ਕੀਤੀ ਜਾਏਗੀ, ਉਸ ਤੋਂ ਇਲਾਵਾ ਨਹੀਂ ਹੋ ਸਕਦੀ। ਜਿਹੜੀ ਕਿਨਿੰਗ ਇਨਕੁਆਇਰੀ ਹੈਗੀ ਹੈ ਜਿਹਨੂੰ ਕਿ ਆਪਾਂ ਇਨਕੁਆਇਰੀ ਆਪਣੇ ਕਹਿੰਦੇ ਹਾਂ, ਉਹ ਇਨਕੁਆਇਰੀ 14 ਦਿਨ ਦੇ ਅੰਦਰ ਉਹਨੂੰ ਕੰਪਲੀਟ ਕਰਨ ਦਾ ਵੀ ਪ੍ਰਾਵਧਾਨ ਆਇਆ। ਇਹ ਤਾਂ ਲੋਕਾਂ ਦੇ ਜਿਹੜੇ ਹੈਗੇ ਲੋਕਾਂ ਲਈ ਉਹਨਾਂ ਦੀ ਸਹੂਲਤ ਵੀ ਬੜੇ ਅੱਛੇ ਹੈਗੇ। ਸਾਡੇ ਜਿਹੜੇ ਪੁਲਿਸ ਮਹਿਕਮੇ ਦੀ ਗੱਲ ਕਰੀਏ ਤਾਂ ਜਿਵੇਂ ਆਨਲਾਈਨ ਸਿਸਟਮ ਆ ਗਿਆ ਕਿ ਸਾਰੀ ਚੀਜ਼ ਜਿਹੜੀ ਹੈਗੀ ਅਸੀਂ ਆਨਲਾਈਨ ਟ੍ਰਾਂਸਫਰ ਕਰ ਸਕਦੇ ਹਾਂ, ਜਿਹੜਾ ਅਸੀਂ ਰਿਕਾਰਡ ਬਣਾਵਾਂਗੇ, ਇੱਕ ਜਿਹੜੀ ਐਪ ਤਿਆਰ ਕੀਤੀ ਗਈ ਉਹਦੇ ਵਿੱਚ ਅਸੀਂ ਆਡੀਓ ਵੀਡੀਓ ਰਿਕਾਰਡ ਕਰਾਂਗੇ, ਉਹ ਆਪੇ ਅੱਗੇ ਆਨਲਾਈਨ ਟ੍ਰਾਂਸਮਿਟ ਹੋ ਜਾਏਗਾ। ਜਿਹੜਾ ਚਲਾਨ ਹੈਗਾ ਉਹਨੂੰ ਵੀ ਅਸੀਂ ਆਨਲਾਈਨ ਸਬਮਿਟ ਕਰ ਸਕਦੇ ਹਾਂ।
ਤੇ ਜਿਹੜੀ ਚੀਜ਼ਾਂ ਹੈਗੀ ਸਾਡੀ ਫੋਰਸ ਨੂੰ ਵੀ ਮਾਡਰਨਾਈਜ਼ ਕਰਨਗੀਆਂ ਤੇ ਸਾਨੂੰ ਵੀ ਇਹਦੀ ਕਾਫੀ ਹੈਲਪ ਮਿਲੇਗੀ। ਇਸ ਤੋਂ ਇਲਾਵਾ ਜਿਹੜੇ ਅਫੈਂਸਿਸ ਹੈਗੇ ਉਹਦੇ ਵਿੱਚ ਜਿਹੜੇ ਕਿ ਆਰਗਨਾਈਜ਼ ਕ੍ਰਿਮੀਨਲਸ ਹੈਗੇ, ਆਰਗਨਾਈਜ਼ ਕ੍ਰਾਈਮ ਨੂੰ ਡਿਫਾਈਨ ਕੀਤਾ ਗਿਆ ਹੈ। ਪੈਟੀ ਆਰਗਨਾਈਜ਼ ਕ੍ਰਿਮੀਨਲ ਜਿਹੜੇ ਹੈਗੇ, ਜਿਹੜੇ ਕੋਈ ਸਨੈਚਰਾਂ ਦੇ ਗੈਂਗ ਕੰਮ ਕਰਦੇ ਹੈ, ਕੋਈ ਐਗਜ਼ਾਮਿਨ ਦੇ ਐਗਜ਼ਾਮੀਨੇਸ਼ਨ ਦੇ ਪੇਪਰ ਲੀਕ ਕਰਾਂਗੇ, ਗੈਂਗ ਕੰਮ ਕਰਦੇ ਹੈ, ਉਹਨਾਂ ਦੀ ਨਵੀਂ ਪਰਿਭਾਸ਼ਾ ਦੇ ਵਿੱਚ ਪਾਈ ਗਈ ਹੈ। ਇਸ ਤੋਂ ਇਲਾਵਾ ਕਈ ਆਫੈਂਸਿਸ ਇਹੋ ਜਿਹੇ ਆਈਡੈਂਟੀਫਾਈ ਕੀਤੇ ਹੈ ਜਿਹਦੇ ਵਿੱਚ ਕਿ ਹੁਣ ਤੱਕ ਤਾਂ ਅਸੀਂ ਸਿਰਫ NDPS ਦੇ ਕੇਸਾਂ ਦੇ ਵਿੱਚ ਪ੍ਰੋਪਰਟੀ ਅਟੈਚਮੈਂਟ ਦੀ ਗੱਲ ਕਰਦੇ ਸੀਗੇ, ਹੁਣ ਕਾਫੀ ਸਾਰੇ ਕੇਸਾਂ ਦੇ ਵੀ ਜਿਹੜੇ ਦੋਸ਼ੀ ਹੈਗੇ ਹੈ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਕੇ ਫਾਈਨੈਂਸ਼ੀਅਲ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲੀ ਹੈਲਪ ਕਰ ਸਕਦੇ। ਸਾਈਬਰ ਕ੍ਰਾਈਮ ਲਾਅ ਜਿਹੜਾ ਹੈਗਾ ਆਲਰੇਡੀ ਨਵਾਂ ਲਾਅ ਹੈਗਾ ਤੇ ਰੀਸੈਂਟਲੀ ਉਹ ਅਮੈਂਡ ਹੋਇਆ ਵੀ ਸੀਗਾ, ਸੋ ਇਟ ਇਜ਼ ਅ ਕੰਪੈਰੀਟਿਵਲੀ ਨਿਊ ਲਾਅ ਜਿਹੜਾ ਹੈਗਾ। ਇਹ ਤਾਂ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਵੇਂ ਲਾਅ ਹੈਗੇ ਉਹਦੇ ਬਰਾਬਰ ਆਪਾਂ ਪੁਰਾਣੇ ਲਾਅ ਨੂੰ ਲਿਆ।